ਸਾਡਾ ਜਨਮ ਦਿਨ ਹੋਵੇ ਜਾਂ ਸਾਡੇ ਬੱਚੇ ਦਾ ਜਨਮ ਦਿਨ ਹੋਵੇ ਜਾਂ ਜਿਸ ਨੂੰ ਵੀ ਆਪਾਂ ਪਿਆਰ ਕਰਦੇ ਹਾਂ ਉਸਦਾ ਜਨਮ ਦਿਨ ਹੋਵੇ, ਬੜੀ ਖੁਸ਼ੀ ਹੁੰਦੀ ਹੈ ਕਿ ਜਨਮ ਦਿਨ ਆ ਰਿਹਾ ਹੈ, ਉਮਰ ਵੱਧ ਰਹੀ ਹੈ, ਬੱਚਾ ਵੱਡਾ ਹੋ ਰਿਹਾ ਹੈ। ਪਰ ਆਪਾਂ ਇਹ ਨਹੀਂ ਸਮਝਦੇ ਕਿ ਅਸਲ ਦੇ ਵਿੱਚ ਉਮਰ ਘੱਟ ਰਹੀ ਹੈ, ਮੌਤ ਦੇ ਲਾਗੇ ਜਾ ਰਹੇ ਹਾਂ, ਜੀਵਨ ਦੇ ਵਿੱਚੋਂ ਇੱਕ ਸਾਲ ਘੱਟ ਗਿਆ ਹੈ। ਇੱਕ ਸਾਲ ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ ਆਪਾਂ ਜੁੜ ਸਕਦੇ ਸੀ, ਉਹ ਇੱਕ ਸਾਲ ਆਪਾਂ ਬਰਬਾਦ ਕਰ ਲਿਆ ਹੈ। ਜੇ ਜੁੜੇ ਹਾਂ ਤਾਂ ਬਹੁਤ ਵਧੀਆ ਗੱਲ ਹੈ, ਪਰ ਜੇ ਨਹੀਂ ਤਾਂ ਇਹਦਾ ਮਤਲਬ ਆਪ ਆਪਣਾ ਜੀਵਨ ਵਿਅਰਥ ਗਵਾ ਰਹੇ ਹਾਂ। ਇਸ ਸ਼ਬਦ ਦੇ ਰਾਹੀਂ ਸਾਨੂੰ ਇਹ ਸਮਝਾਉਣ ਦੀ ਗੁਰੂ ਸਾਹਿਬ ਕੋਸ਼ਿਸ਼ ਕਰ ਰਹੇ ਨੇ ਕਿ ਇਹ ਸਮਝ ਇਨਸਾਨ ਕਿ ਤੇਰੀ ਜ਼ਿੰਦਗੀ ਦਾ ਸਮਾਂ ਜਿਹੜਾ ਹੈ ਉਹ ਲੰਘਦਾ ਜਾ ਰਿਹਾ ਹੈ, ਅਤੇ ਜੇ ਤੂੰ ਗੁਰੂ ਦੇ ਨਾਲ ਨਹੀਂ ਜੁੜਿਆ, ਉਸ ਪਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਤਾਂ ਤੂੰ ਆਪਣਾ ਜੀਵਨ ਜਿਹੜਾ ਉਹ ਵਿਅਰਥ ਗਵਾ ਰਿਹਾ ਹੈ। ਸੋ ਜਾਗ, ਉੱਠ, ਇਹ ਸਮਝ ਕਿ ਤੇਰੇ ਜੀਵਨ ਦਾ ਮਨੋਰਥ ਕੀ ਹੈ, ਅਤੇ ਤੂੰ ਹਰ ਪਲ ਹਰ ਸਮੇਂ ਉਸ ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰ। ਚਿੰਤਾ ਇਸੇ ਗੱਲ ਦੀ ਖਾਈ ਜਾ ਰਹੀ ਹੈ ਕਿ ਦੁਨਿਆਵੀ ਪਦਾਰਥ ਕਿੱਦਾਂ ਇਕੱਠੇ ਕਰਨੇ ਨੇ, ਜੋਬ ਕਿਹੜੀ ਮਿਲਣੀ ਹੈ, ਘਰ ਕਿਹੜਾ ਬਣਾਉਣਾ ਹੈ, ਪਰ ਇਹ ਚੀਜ਼ਾਂ ਤਾਂ ਨਾਲ ਜਾਣੀਆਂ ਹੀ ਨਹੀਂ ਹੈਗੀਆਂ। ਸੋ ਇਹ ਮੈਂ ਮੇਰੀ ਦੇ ਵਿੱਚੋਂ ਨਿਕਲੀਏ ਅਤੇ ਉਸ ਗੁਰੂ ਦੇ ਸ਼ਬਦ ਦੇ ਨਾਲ ਜੁੜੀਏ, ਤਾਂ ਕਿ ਉਸ ਗੁਰੂ ਦੇ ਸ਼ਬਦ ਦੇ ਨਾਲ ਜੁੜਨ ਦੇ ਨਾਲ ਆਪਾਂ ਉਸ ਪਰਮਾਤਮਾ ਦੇ ਨਾਲ ਜੁੜ ਸਕੀਏ, ਆਪਣੇ ਜੀਵਨ ਦਾ ਅਸਲ ਮਨੋਰਥ ਜਿਹੜਾ ਹੈ ਉਹ ਸਮਝ ਸਕੀਏ ਅਤੇ ਉਸ ਮਨੋਰਥ ਵੱਲ ਵੱਧ ਸਕੀਏ। ਜੇ ਅੱਜ ਸਮਾਂ ਨਾ ਸੰਭਾਲਿਆ, ਜੇ ਅੱਜ ਸਮਾਂ ਗਵਾ ਦਿੱਤਾ, ਤਾਂ ਯਾਦ ਰੱਖੀਏ ਕਿ ਜਦੋਂ ਮੌਤ ਆਉਣੀ ਹੈ ਨਾ, ਉਦੋਂ ਸਿਰਫ ਹਨੇਰਾ ਹੀ ਹਨੇਰਾ ਲੱਗਣਾ ਹੈ। ਸਮਾਂ ਬਹੁਤ ਲੰਘ ਚੁੱਕਿਆ ਹੋਣਾ ਹੈ, ਦੇਰੀ ਬਹੁਤ ਹੋ ਚੁੱਕੀ ਹੋਣੀ ਹੈ, ਅਤੇ ਉਦੋਂ ਜਿਹੜਾ ਹੈ ਕੁਝ ਵੀ ਨਹੀਂ ਕੀਤਾ ਜਾਣਾ। ਸੋ ਅੱਜ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਹੈਗਾ। ਆਓ ਆਪਾਂ ਗੁਰੂ ਦੀ ਸ਼ਰਨ ਦੇ ਵਿੱਚ ਜਾਈਏ, ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਮੈਨੂੰ ਆਪਣੇ ਨਾਮ ਬਾਣੀ ਨਾਲ ਜੋੜੋ, ਮੈਨੂੰ ਗੁਰੂ ਦੇ ਸ਼ਬਦ ਦੀ ਸੋਝੀ ਬਖਸ਼ਿਸ਼ ਕਰੋ, ਤਾਂ ਕਿ ਮੈਂ ਉਸ ਅਨੁਸਾਰ ਜੀਵਨ ਜੀ ਸਕਾਂ। ਸੋ ਆਪਾਂ ਆਪਣੇ ਆਪਣੇ ਬੱਚਿਆਂ ਦੇ ਜਨਮ ਦਿਹਾੜੇ ਜਿਹੜੇ ਨੇ, ਜਨਮ ਦਿਨ ਨੇ ਜਿਹੜੇ, ਉਹ ਪਾਰਟੀਆਂ ਸੈਲੀਬ੍ਰੇਸ਼ਨਸ ਉਹਨਾਂ ਦੇ ਵਿੱਚ ਨਾ ਵਿਅਰਥ ਗਵਾਈਏ, ਆਪਾਂ ਗੁਰੂ ਦੇ ਸ਼ਬਦ ਦੇ ਨਾਲ ਜੁੜੀਏ, ਅਤੇ ਆਪਣੇ ਬੱਚਿਆਂ ਨੂੰ ਵੀ ਉਸ ਗੁਰੂ ਦੇ ਸ਼ਬਦ ਦੇ ਨਾਲ ਜੋੜੀਏ, ਉਹਨਾਂ ਨੂੰ ਵੀ ਮਦਦ ਕਰੀਏ ਉਹਨਾਂ ਦੀ ਇਹ ਸਮਝਣ ਦੇ ਵਿੱਚ ਕਿ ਉਹਨਾਂ ਦੇ ਜੀਵਨ ਦਾ ਅਸਲ ਮਨੋਰਥ ਕੀ ਹੈ।